ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ ਯੂਟਿਊਬ ਚੈਨਲ ਪੰਜਾਬ ਅਪਡੇਟ ਟੀ ਵੀ 'ਤੇ। ਸੋ ਦੋਸਤੋ, ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਕਰੰਟ ਅਫੇਅਰ ਦੇ ਕੁਝ ਮਹੱਤਵਪੂਰਨ ਸਵਾਲ ਕਰਵਾਵਾਂਗੇ। ਸੋ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਕਾਫੀ ਹੈਲਪਫੁੱਲ ਹੋ ਸਕਦੀ ਆ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਕਿ ਜੇਕਰ ਚੈਨਲ 'ਤੇ ਪਹਿਲੀ ਵਾਰ ਆਇਓ ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਦੇ ਉੱਤੇ ਬੈਲ ਦੇ ਬਟਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਸਾਡੀ ਆਉਣ ਵਾਲੀ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ। ਤਾਂ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅਤੇ ਅੱਜ ਦਾ ਪਹਿਲਾ ਸਵਾਲ ਹੈਗਾ ਜੀ, ਵਿਸ਼ਵ ਕੈਂਸਰ ਦਿਵਸ 2024 ਕਦੋਂ ਮਨਾਇਆ ਗਿਆ? ਤਾਂ ਇਸ ਦਾ ਸਹੀ ਆਨਸਰ ਹੈਗਾ ਵਾ ਜੀ ਆਪਸ਼ਨ ਏ 4 ਫਰਵਰੀ। ਦੋਸਤੋ, ਨਾਲ ਦੀ ਨਾਲ ਜੇਕਰ ਤੁਹਾਨੂੰ ਇਹਨਾਂ ਸਵਾਲਾਂ ਦਾ ਆਨਸਰ ਪਤਾ ਵਾ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਇਹਨਾਂ ਦਾ ਆਨਸਰ ਦੇਣ ਦੀ ਜ਼ਰੂਰ ਕੋਸ਼ਿਸ਼ ਕਰਨੀ ਆ। ਅਤੇ ਨਾਲ ਹੀ ਜਿਹੜਾ ਕਿ ਵੀਡੀਓ ਦੇ ਲਾਸਟ 'ਤੇ ਜ਼ਰੂਰ ਦੱਸਣਾ ਕਿ ਤੁਹਾਡੇ 35 ਸਵਾਲਾਂ ਦੇ ਵਿੱਚੋਂ ਕਿੰਨੇ ਸਵਾਲ ਸਹੀ ਹੋਏ ਨੇ। ਅਤੇ ਚਲੋ ਅਗਲੇ ਸਵਾਲ ਵੱਲ ਚੱਲਦੇ ਹਾਂ ਜੀ। ਸੋ ਅਗਲਾ ਸਵਾਲ ਹੈਗਾ ਜੀ, 75ਵੇਂ ਗਣਤੰਤਰ ਦਿਵਸ 2024 ਵਿੱਚ ਸਰਵੋਤਮ ਝਾਕੀ ਦਾ ਅਵਾਰਡ ਕਿਸ ਰਾਜ ਦੀ ਝਾਕੀ ਨੂੰ ਦਿੱਤਾ ਗਿਆ? ਤਾਂ ਇਸਦਾ ਸਹੀ ਆਨਸਰ ਹੈਗਾ ਵਾ ਜੀ ਆਪਸ਼ਨ ਬੀ ਉੜੀਸਾ। 75ਵੇਂ ਗਣਤੰਤਰ ਦਿਵਸ 2024 ਵਿੱਚ ਸਰਵੋਤਮ ਝਾਕੀ ਦਾ ਅਵਾਰਡ ਕਿਸ ਰਾਜ ਦੀ ਝਾਕੀ ਨੂੰ ਦਿੱਤਾ ਗਿਆ ਹੈ? ਤਾਂ ਉੜੀਸਾ ਨੂੰ ਦਿੱਤਾ ਗਿਆ ਹੈ ਜੀ। ਫਸਟ ਜਿਹੜਾ ਕਿ ਅਵਾਰਡ ਆ ਉਹ ਉੜੀਸਾ ਨੂੰ ਦਿੱਤਾ ਗਿਆ ਹੈ ਅਤੇ ਦੂਜਾ ਜਿਹੜਾ ਦਿੱਤਾ ਗਿਆ ਜੀ ਉਹ ਗੁਜਰਾਤ ਨੂੰ ਦਿੱਤਾ ਗਿਆ ਵਾ। ਤਾਂ ਇਹ ਦਿੱਤਾ ਗਿਆ ਜੀ ਮਹਿਲਾ ਸ਼ਕਤੀਕਰਨ ਲਈ ਦਿੱਤਾ ਗਿਆ ਵਾ, ਸੋ ਇਹ ਵੀ ਧਿਆਨ ਵਿੱਚ ਰੱਖਿਓ। ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ। ਅਗਲਾ ਸਵਾਲ ਹੈਗਾ ਜੀ, ਦੱਖਣ ਅਫਰੀਕਾ ਦੇ ਨਾਟਕਕਾਰ ਅਤੇ ਨਾਵਲਕਾਰ ਡੈਮਨ ਗਲਗੁੱਟ ਨੇ ਆਪਣੇ ਕਿਸ ਨਾਵਲ ਲਈ ਨਵੰਬਰ 2021 ਵਿੱਚ 2021 ਦਾ ਬੁੱਕਰ ਪ੍ਰਾਈਜ਼ ਜਿੱਤਿਆ ਸੀ? ਤਾਂ ਉਹ ਨਾਵਲ ਹੈਗਾ ਸੀ ਆਪਸ਼ਨ ਬੀ, ਇਸਦਾ ਰਾਈਟ ਆਨਸਰ ਹੈ ਜੀ ਦ ਪ੍ਰੋਮਿਸ ਨਾਵਲ ਸੀ ਉਹ, ਜਿਸ ਦੇ ਲਈ ਇਹਨਾਂ ਨੂੰ 2021 ਦੇ ਵਿੱਚ ਬੁੱਕਰ ਪ੍ਰਾਈਜ਼ ਮਿਲਿਆ ਸੀ। ਤਾਂ ਚਲੋ ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ। ਤਾਂ ਅਗਲਾ ਸਵਾਲ ਹੈਗਾ ਜੀ, ਮਹਾਰਾਸ਼ਟਰ ਭੂਸ਼ਣ ਪੁਰਸਕਾਰ 2024 ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ? ਤਾਂ ਇਸਦਾ ਸਹੀ ਆਨਸਰ ਹੈਗਾ ਵਾ ਜੀ ਆਪਸ਼ਨ ਸੀ ਡਾਕਟਰ ਪ੍ਰਦੀਪ ਮਹਾਜਨ ਨੂੰ। ਭੂਸ਼ਣ ਪੁਰਸਕਾਰ ਨਾਲ 2024 ਵਿੱਚ ਕਿਸ ਨੂੰ ਸਨਮਾਨਿਤ ਕੀਤਾ ਗਿਆ ਵਾ? ਡਾਕਟਰ ਪ੍ਰਦੀਪ ਮਹਾਜਨ ਨੂੰ। ਅਤੇ ਕਾਹਦੇ ਲਈ ਕੀਤਾ ਗਿਆ ਵਾ? ਮੈਡੀਕਲ ਦਵਾਈ ਬਣਾਉਣ ਲਈ ਕੀਤਾ ਗਿਆ ਵਾ ਸਨਮਾਨਿਤ ਇਹਨਾਂ ਨੂੰ। ਚਲੋ ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ। ਅਤੇ ਅਗਲਾ ਸਵਾਲ ਹੈਗਾ ਜੀ, ਆਜ਼ਾਦੀ ਤੋਂ ਬਾਅਦ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਵਾਲਾ ਭਾਰਤ ਦਾ ਪਹਿਲਾ ਰਾਜ ਕਿਹੜਾ ਬਣਿਆ? ਤਾਂ ਇਸਦਾ ਸਹੀ ਆਨਸਰ ਹੈ ਜੀ ਆਪਸ਼ਨ ਏ ਉੱਤਰਾਖੰਡ। ਆਜ਼ਾਦੀ ਤੋਂ ਬਾਅਦ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਵਾਲਾ ਭਾਰਤ ਦਾ ਪਹਿਲਾ ਰਾਜ ਕਿਹੜਾ ਬਣਿਆ? ਉੱਤਰਾਖੰਡ। ਅਤੇ ਕਦੋਂ ਬਣਿਆ ਸੀ? 7 ਫਰਵਰੀ 2024 ਨੂੰ। ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ। ਅਗਲਾ ਸਵਾਲ ਹੈਗਾ ਜੀ, ਸੀਮਾ ਸੁਰੱਖਿਆ ਬਲ BSF ਦੀ ਪਹਿਲੀ ਮਹਿਲਾ ਸਨਾਈਪਰ ਕੌਣ ਬਣੀ? ਤਾਂ ਇਸਦਾ ਸਹੀ ਆਨਸਰ ਹੈ ਜੀ ਆਪਸ਼ਨ ਬੀ ਸੁਮਨ ਕੁਮਾਰੀ। BSF ਦੀ ਪਹਿਲੀ ਮਹਿਲਾ ਸਨਾਈਪਰ ਕੌਣ ਬਣੀ? ਸੁਮਨ ਕੁਮਾਰੀ। ਅਤੇ ਇਹ ਦੋਸਤੋ ਸੁਮਨ ਕੁਮਾਰੀ ਜਿਹੜਾ ਹੈ ਹਿਮਾਚਲ ਦੀ ਹੈਗੀ ਆ। ਅਤੇ ਚਲੋ ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ। ਅਗਲਾ ਸਵਾਲ ਹੈਗਾ ਜੀ, ਕਿਸ ਦੇਸ਼ ਵਿੱਚ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ 2027 ਦਾ ਆਯੋਜਨ ਕੀਤਾ ਜਾਵੇਗਾ? ਆਪਸ਼ਨ ਏ ਆਸਟ੍ਰੇਲੀਆ, ਬੀ ਕਨੇਡਾ, ਸੀ ਚੀਨ, ਡੀ ਪਾਕਿਸਤਾਨ। ਤਾਂ ਇਸਦਾ ਸਹੀ ਆਨਸਰ ਹੈਗਾ ਜੀ ਆਪਸ਼ਨ ਸੀ ਚੀਨ ਦੇ ਵਿੱਚ ਕੀਤਾ ਜਾਵੇਗਾ ਜੀ। ਕਿਸ ਦੇਸ਼ ਵਿੱਚ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ 2027 ਦਾ ਆਯੋਜਨ ਕੀਤਾ ਜਾਵੇਗਾ? ਤਾਂ ਚੀਨ ਦੇ ਵਿੱਚ ਕੀਤਾ ਜਾਵੇਗਾ, ਚੀਨ ਬੀਜਿੰਗ ਦੇ ਵਿੱਚ ਕੀਤਾ ਜਾਵੇਗਾ। ਜੇਕਰ ਚੀਨ ਦੀ ਆਪਸ਼ਨ ਨਾ ਆਵੇ ਤਾਂ ਫਿਰ ਆ ਬੀਜਿੰਗ ਦੀ ਆਪਸ਼ਨ ਆਊਗੀ। ਇਹਨਾਂ ਦੋਵਾਂ ਦੇ ਵਿੱਚ ਤੁਸੀਂ ਇੱਕ ਦੇਖ ਲਿਓ। ਚਲੋ ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ। ਅਗਲਾ ਸਵਾਲ ਹੈਗਾ ਜੀ, ਸੂਬੇ ਵਿੱਚ ਨੌਜਵਾਨਾਂ ਵਿੱਚ ਉੱਦਮਤਾ ਵਧਾਉਣ ਲਈ ਕਿਸ ਰਾਜ ਨੇ MYUVA ਯੋਜਨਾ ਦੀ ਸ਼ੁਰੂਆਤ ਕੀਤੀ? ਤਾਂ ਇਸਦਾ ਸਹੀ ਆਨਸਰ ਹੈਗਾ ਜੀ ਆਪਸ਼ਨ ਸੀ ਉੱਤਰ ਪ੍ਰਦੇਸ਼।
ਨੌਜਵਾਨਾਂ ਵਿੱਚ ਉੱਦਮਤਾ ਵਧਾਉਣ ਲਈ ਕਿਸ ਰਾਜ ਨੇ ਐੱਮ ਯੁਵਾ ਯੋਜਨਾ ਦੀ ਸ਼ੁਰੂਆਤ ਕੀਤੀ? ਉੱਤਰ ਪ੍ਰਦੇਸ਼ ਨੇ। ਅਗਲੇ ਸਵਾਲ ਵੱਲ ਚੱਲਦੇ ਹਾਂ ਜੀ। ਅਤੇ ਅਗਲਾ ਸਵਾਲ ਹੈਗਾ ਜੀ, ਚੌਥੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2024 KIUG 2024 ਵਿੱਚ ਕਿਹੜੀ ਯੂਨੀਵਰਸਿਟੀ ਪਹਿਲੇ ਸਥਾਨ 'ਤੇ ਰਹੀ? ਸੋ ਇਹ ਜਿਹੜੀ ਫੁੱਲ ਫੋਰਮ ਵੀ ਇਹਦੀ ਇਹੀ ਬਣਦੀ ਆ, ਖੇਲੋ ਇੰਡੀਆ ਯੂਨੀਵਰਸਿਟੀ ਗੇਮਸ। ਸੋ ਇਹ ਵੀ ਧਿਆਨ ਵਿੱਚ ਰੱਖਿਓ। ਤਾਂ ਇੱਥੇ ਇਹਨਾਂ ਨੇ ਪੁੱਛਿਆ ਹੈ ਕਿ ਕਿਹੜੀ ਯੂਨੀਵਰਸਿਟੀ ਪਹਿਲੇ ਸਥਾਨ 'ਤੇ ਰਹੀ ਆ, ਚੌਥੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2024 ਵਿੱਚ ਕਿਹੜੀ ਯੂਨੀਵਰਸਿਟੀ ਪਹਿਲੇ ਸਥਾਨ 'ਤੇ ਰਹੀ ਆ? ਸੋ ਦੋਸਤੋ ਇੱਥੇ ਜਿਹੜਾ ਕਿ ਸਹੀ ਆਨਸਰ ਹੈਗਾ ਵਾ ਆਪਸ਼ਨ ਏ, ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਕਿ ਪਹਿਲੇ ਸਥਾਨ 'ਤੇ ਰਹੀ ਆ। ਜੇਕਰ ਦੂਜੀ ਪੁੱਛਿਆ ਜਾਂਦਾ ਹੈ ਤਾਂ ਦੂਜੀ ਹੈਗੀ ਆ ਜੀ ਆਪਸ਼ਨ ਬੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ। ਜੇਕਰ ਤੀਜੀ ਪੁੱਛਿਆ ਜਾਂਦਾ ਹੈ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ। ਇਹ ਸਾਰੀਆਂ ਆਪਣੀਆਂ ਯੂਨੀਵਰਸਿਟੀਆਂ ਜਿਹੜੀਆਂ ਕਿ ਚੌਥੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦੇ ਵਿੱਚ ਇਹ ਆਪਣੀਆਂ ਤਿੰਨ ਯੂਨੀਵਰਸਿਟੀਆਂ ਨੇ ਪਹਿਲੇ, ਦੂਜੇ, ਤੀਜੇ ਸਥਾਨ 'ਤੇ ਰਹੀਆਂ ਨੇ। ਅਤੇ ਇਹ ਜਿਹੜੀਆਂ ਖੇਡਾਂ ਇਹ ਹੋਈਆਂ ਕਿੱਥੇ ਸੀ? ਅਸਾਮ ਗੁਹਾਟੀ ਦੇ ਵਿੱਚ ਹੋਈਆਂ ਸੀ ਅਤੇ ਇਹ ਹੋਈਆਂ ਸੀ 17 ਤੋਂ 29 ਫਰਵਰੀ ਤੱਕ। ਸੋ ਇਹ ਵੀ ਧਿਆਨ ਵਿੱਚ ਰੱਖਿਓ, 2024 ਦੇ ਵਿੱਚ ਹੋਈਆਂ। ਅਤੇ ਅਗਲੇ ਸਵਾਲ ਵੱਲ ਚੱਲਦੇ ਹਾਂ ਜੀ। ਅਗਲਾ ਸਵਾਲ ਹੈਗਾ ਜੀ, ਕਿਸ ਰਾਜ ਵਿੱਚ ਹਮਾਰਾ ਸੰਵਿਧਾਨ ਹਮਾਰਾ ਅਭਿਮਾਨ ਦਾ ਆਯੋਜਨ ਕੀਤਾ ਗਿਆ? ਤਾਂ ਇਸਦਾ ਸਹੀ ਆਨਸਰ ਹੈਗਾ ਜੀ ਆਪਸ਼ਨ ਬੀ, ਰਾਜਸਥਾਨ ਦੇ ਵਿੱਚ ਕੀਤਾ ਗਿਆ ਜੀ। ਕਿਸ ਰਾਜ ਵਿੱਚ ਹਮਾਰਾ ਸੰਵਿਧਾਨ ਹਮਾਰਾ ਅਭਿਮਾਨ ਦਾ ਆਯੋਜਨ ਕੀਤਾ ਗਿਆ? ਰਾਜਸਥਾਨ ਵਿੱਚ। ਨੈਕਸਟ ਕੁਐਸਚਨ, ਅਗਲਾ ਸਵਾਲ ਹੈਗਾ ਜੀ, ਮਾਰਚ 2024 ਵਿੱਚ ਕਿਸ ਨੂੰ ਚੁਣਾਵ ਕਮਿਸ਼ਨਰ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ? ਤਾਂ ਇਸਦਾ ਸਹੀ ਆਨਸਰ ਹੈਗਾ ਜੀ ਆਪਸ਼ਨ ਸੀ, ਉਪਰੋਕਤ ਦੋਵੇਂ, ਸੁਖਬੀਰ ਸਿੰਘ ਸੰਧੂ ਅਤੇ ਗਿਆਨੇਸ਼ ਕੁਮਾਰ। ਇਹਨਾਂ ਦੋਵਾਂ ਨੂੰ ਜਿਹੜਾ ਕਿ ਚੁਣਾਵ ਕਮਿਸ਼ਨਰ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ ਹੈ 2024 ਦੇ ਵਿੱਚ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਅਗਲਾ ਸਵਾਲ ਹੈਗਾ ਜੀ, ਕਿਸ ਦੇਸ਼ ਨੂੰ ਖਸਰਾ ਅਤੇ ਰੁਬੇਲਾ ਚੈਂਪੀਅਨ ਪੁਰਸਕਾਰ 2024 ਲਈ ਸਨਮਾਨਿਤ ਕੀਤਾ ਗਿਆ? ਤਾਂ ਕਿਹੜੇ ਦੇਸ਼ ਨੂੰ ਕੀਤਾ ਗਿਆ ਹੈ? ਇਸਦਾ ਸਹੀ ਆਨਸਰ ਹੈਗਾ ਜੀ ਆਪਸ਼ਨ ਸੀ, ਭਾਰਤ ਨੂੰ ਕੀਤਾ ਗਿਆ ਹੈ ਖਸਰਾ ਅਤੇ ਰੁਬੇਲਾ ਚੈਂਪੀਅਨ ਪੁਰਸਕਾਰ 2024 ਨਾਲ ਸਨਮਾਨਿਤ ਕੀਤਾ ਗਿਆ ਹੈ ਭਾਰਤ ਨੂੰ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਅਤੇ ਅਗਲਾ ਸਵਾਲ ਹੈਗਾ ਜੀ, ਇਹਦੇ ਨਾਲ ਹੀ ਆਪਾਂ ਉੱਤਰ ਦਿੱਤਾ ਹੋਇਆ ਵਾ। ਅਤੇ ਸਵਾਲ ਹੈਗਾ ਜੀ, ਅਕਤੂਬਰ 2022 ਵਿੱਚ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੀ ਗਈ ਖਾਦ ਨਾਲ ਸੰਬੰਧਿਤ ਯੋਜਨਾ ਦਾ ਕੀ ਨਾਮ ਹੈ? ਸੋ ਇੱਥੇ ਇਹ ਯੋਜਨਾ ਵਾਲਾ ਸਵਾਲ ਆ ਗਿਆ, ਸਕੀਮ ਵਾਲਾ। ਤਾਂ ਇਹ ਸਕੀਮ ਦਾ ਜਿਹੜਾ ਕਿ ਯੋਜਨਾ ਦਾ ਨਾਮ ਹੈਗਾ ਵਾ ਇੱਕ ਦੇਸ਼ ਇੱਕ ਖਾਦ, ਅਕਤੂਬਰ 2022 ਵਿੱਚ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੀ ਗਈ ਖਾਦ ਨਾਲ ਸੰਬੰਧਿਤ, ਖਾਦ ਨਾਲ ਸੰਬੰਧਿਤ ਯੋਜਨਾ ਦਾ ਕੀ ਨਾਮ ਹੈ? ਇੱਕ ਦੇਸ਼ ਇੱਕ ਖਾਦ। ਚਲੋ ਅਗਲੇ ਸਵਾਲ ਵੱਲ ਚੱਲਦੇ ਹਾਂ। ਅਤੇ ਅਗਲਾ ਸਵਾਲ ਹੈਗਾ ਜੀ, ਦੇਸ਼ ਦੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਸਮਰੱਥ ਬਣਾਉਣ ਲਈ ਪ੍ਰਧਾਨ ਮੰਤਰੀ ਵਿਸ਼ਵਕਰਮਾ ਕੌਸ਼ਲ ਸਮਾਨ ਯੋਜਨਾ ਕਿਹੜੇ ਸਾਲ ਵਿੱਚ ਸ਼ੁਰੂ ਕੀਤੀ ਗਈ? ਸੋ ਇਹ ਵੀ ਯੋਜਨਾ ਵਾਲਾ, ਸਕੀਮ ਵਾਲਾ ਸਵਾਲ ਵਾ। ਤਾਂ ਇਹ ਜਿਹੜੀ ਯੋਜਨਾ ਵਾ 2023 ਦੇ ਵਿੱਚ ਜਿਹੜਾ ਕਿ ਸ਼ੁਰੂ ਕੀਤੀ ਗਈ ਸੀ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਅਗਲਾ ਸਵਾਲ ਹੈਗਾ ਜੀ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਗਣਤੰਤਰ ਦਿਵਸ 2024 ਮੌਕੇ ਕਿੰਨੇ ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2024 ਦਿੱਤਾ? ਤਾਂ ਇਸਦਾ ਸਹੀ ਆਨਸਰ ਹੈਗਾ ਜੀ ਆਪਸ਼ਨ ਏ, 19 ਬੱਚਿਆਂ ਨੂੰ ਜਿਹੜਾ ਕਿ ਬਾਲ ਪੁਰਸਕਾਰ ਦਿੱਤਾ ਸੀ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ। ਸੋ ਇਹ ਬੱਚਿਆਂ ਨੂੰ ਦਿੱਤਾ ਗਿਆ ਸੀ ਅਵਾਰਡ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਅਗਲਾ ਸਵਾਲ ਹੈਗਾ ਜੀ, ਵਿਸ਼ਵ ਥੀਏਟਰ ਦਿਵਸ 2024 ਕਦੋਂ ਮਨਾਇਆ ਗਿਆ? ਤਾਂ ਇਸਦਾ ਸਹੀ ਆਨਸਰ ਹੈਗਾ ਜੀ ਆਪਸ਼ਨ ਡੀ, 27 ਮਾਰਚ ਨੂੰ ਮਨਾਇਆ ਗਿਆ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ। ਅਗਲਾ ਸਵਾਲ ਹੈਗਾ ਜੀ, ਵਿਸ਼ਵ ਥੀਏਟਰ ਦਿਵਸ 2024 ਦੀ ਥੀਮ ਕੀ ਰੱਖੀ ਗਈ? ਤਾਂ ਇਸਦਾ ਸਹੀ ਆਨਸਰ ਹੈਗਾ ਜੀ ਆਪਸ਼ਨ ਏ,
ਥੀਏਟਰ ਐਂਡ ਏ ਕਲਚਰ ਆਫ ਪੀਸ। ਵਿਸ਼ਵ ਥੀਏਟਰ ਦਿਵਸ 2024 ਦੀ ਥੀਮ ਕੀ ਰੱਖੀ ਗਈ? ਥੀਏਟਰ ਐਂਡ ਏ ਕਲਚਰ ਆਫ ਪੀਸ। ਅਤੇ ਕਦੋਂ ਰੱਖੀ ਗਈ ਸੀ? 27 ਮਾਰਚ 2024 ਨੂੰ ਰੱਖੀ ਗਈ ਸੀ, ਇਹ ਵੀ ਧਿਆਨ ਵਿੱਚ ਰੱਖਿਓ। ਅਤੇ ਅਗਲਾ ਸਵਾਲ ਹੈਗਾ ਜੀ, ਜਾਤੀ ਆਧਾਰਿਤ ਜਨਗਣਨਾ ਸ਼ੁਰੂ ਕਰਨ ਵਾਲਾ ਭਾਰਤ ਦਾ ਦੂਜਾ ਰਾਜ ਕਿਹੜਾ ਹੈ? ਜਾਤੀ ਆਧਾਰਿਤ ਜਨਗਣਨਾ ਸ਼ੁਰੂ ਕਰਨ ਵਾਲਾ ਭਾਰਤ ਦਾ ਦੂਜਾ ਰਾਜ ਕਿਹੜਾ ਹੈ? ਤਾਂ ਇਸਦਾ ਸਹੀ ਆਨਸਰ ਹੈਗਾ ਜੀ ਆਪਸ਼ਨ ਬੀ, ਆਂਧਰਾ ਪ੍ਰਦੇਸ਼। ਅਤੇ ਜੇਕਰ ਪਹਿਲਾਂ ਪੁੱਛਿਆ ਜਾਂਦਾ ਤਾਂ ਪਹਿਲਾਂ ਹੈਗਾ ਜੀ ਬਿਹਾਰ ਅਤੇ ਦੂਜਾ ਹੈਗਾ ਹੈ ਆਂਧਰਾ ਪ੍ਰਦੇਸ਼। ਸੋ ਇਸਦਾ ਬੀ ਆਨਸਰ ਬਿਲਕੁਲ ਰਾਈਟ ਹੈ ਜੀ। ਚਲੋ ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ। ਅਤੇ ਅਗਲਾ ਸਵਾਲ ਹੈਗਾ ਜੀ, ਰਾਸ਼ਟਰੀ ਜਾਂਚ ਏਜੰਸੀ NIA ਦੇ ਨਵੇਂ ਡਾਇਰੈਕਟਰ ਜਨਰਲ ਕੌਣ ਬਣੇ ਹਨ? ਤਾਂ ਇੱਥੇ ਜਿਹੜਾ ਕਿ NIA ਦੀ ਫੁੱਲ ਫਾਰਮ ਵੀ ਇਹੀ ਆ, ਰਾਸ਼ਟਰੀ ਜਾਂਚ ਏਜੰਸੀ। ਅਤੇ ਜੇਕਰ ਫੁੱਲ ਫਾਰਮ ਪੁੱਛਿਆ ਜਾਂਦਾ ਹੈ ਤਾਂ ਇਹ ਵੀ ਧਿਆਨ ਵਿੱਚ ਰੱਖਿਓ। ਤਾਂ ਇਸਦਾ ਸਹੀ ਆਨਸਰ ਹੈਗਾ ਜੀ ਆਪਸ਼ਨ ਬੀ, ਸਦਾਨੰਦ ਬਸੰਤ। ਰਾਸ਼ਟਰੀ ਜਾਂਚ ਏਜੰਸੀ ਦੇ ਨਵੇਂ ਡਾਇਰੈਕਟਰ ਜਨਰਲ ਕੌਣ ਬਣੇ? ਸਦਾਨੰਦ ਬਸੰਤ। ਅਤੇ ਇਹ ਬਣੇ ਕਦੋਂ ਸੀ? 26 ਮਾਰਚ 2024 ਦੇ ਵਿੱਚ ਬਣੇ ਸੀ। ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ। ਅਗਲਾ ਸਵਾਲ ਹੈਗਾ ਜੀ, ਇੰਡੀਅਨ ਸਟੀਲ ਐਸੋਸੀਏਸ਼ਨ ਦੇ ਨਵੇਂ ਚੇਅਰਮੈਨ ਕੌਣ ਬਣੇ ਹਨ? ਤਾਂ ਇੱਥੇ ਵੀ ISA ਦੀ ਜਿਹੜੀ ਕਿ ਫੁੱਲ ਫਾਰਮ ਏ ਵਾਲੀ ਆ, ਇਹ ਵੀ ਧਿਆਨ ਵਿੱਚ ਰੱਖਿਓ। ਤਾਂ ਇੰਡੀਅਨ ਸਟੀਲ ਐਸੋਸੀਏਸ਼ਨ ਦੇ ਨਵੇਂ ਚੇਅਰਮੈਨ ਕੌਣ ਬਣੇ ਹਨ? ਤਾਂ ਇਸਦਾ ਸਹੀ ਆਨਸਰ ਹੈਗਾ ਜੀ ਆਪਸ਼ਨ ਸੀ, ਨਵੀਨ ਜਿੰਦਲ। ਅਤੇ ਕਦੋਂ ਬਣੇ ਸੀ? 21 ਮਾਰਚ 2024 ਨੂੰ। ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ। ਕਿਸ ਰਾਜ ਵਿੱਚ ਓਮ ਦੇ ਆਕਾਰ ਵਾਲਾ ਸ਼ਿਵ ਮੰਦਰ ਬਣਾਇਆ ਗਿਆ? ਕਿਸ ਰਾਜ ਵਿੱਚ ਓਮ ਦੇ ਆਕਾਰ ਵਾਲਾ ਸ਼ਿਵ ਮੰਦਰ ਬਣਾਇਆ ਗਿਆ? ਦੋਸਤੋ ਆਪਾਂ ਤੁਹਾਨੂੰ ਹਿੰਦੀ 'ਚ ਦਿਖਾ ਦਿੰਦੇ ਕਿੱਦਾਂ ਦਾ, ਇੱਦਾਂ ਓਮਕਾਰ ਵਾਲਾ ਜਿਹੜਾ ਸ਼ਿਵ ਮੰਦਰ ਆ ਉਹ ਕਿੱਥੇ ਬਣਾਇਆ ਗਿਆ ਵਾ? ਤਾਂ ਇਸਦਾ ਸਹੀ ਆਨਸਰ ਹੈਗਾ ਜੀ ਆਪਸ਼ਨ ਬੀ, ਰਾਜਸਥਾਨ ਦੇ ਵਿੱਚ ਬਣਾਇਆ ਗਿਆ ਹੈ। ਰਾਜਸਥਾਨ ਦੇ ਜੋਧਾ ਜ਼ਿਲ੍ਹਾ ਪਾਲੀ ਦੇ ਵਿੱਚ 10 ਮਾਰਚ 2024 ਨੂੰ ਬਣਾਇਆ ਗਿਆ ਜੀ ਇਹ ਮੰਦਰ, ਸ਼ਿਵ ਮੰਦਰ। ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ। ਅਤੇ ਅਗਲਾ ਸਵਾਲ ਹੈਗਾ ਜੀ, ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਲਾ ਮਹੱਲਾ 2024 ਕਦੋਂ ਮਨਾਇਆ ਗਿਆ? ਤਾਂ ਇਸਦਾ ਸਹੀ ਆਨਸਰ ਹੈਗਾ ਜੀ ਆਪਸ਼ਨ ਏ, 25 ਮਾਰਚ ਤੋਂ 27 ਮਾਰਚ। 3 ਦਿਨਾਂ ਦਾ ਜਿਹੜਾ ਕਿ ਹੋਲਾ ਮਹੱਲਾ ਮਨਾਇਆ ਗਿਆ, 25, 26 ਅਤੇ 27 ਮਾਰਚ ਨੂੰ ਮਨਾਇਆ ਗਿਆ ਸੀ। ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ। ਅਗਲਾ ਸਵਾਲ ਹੈਗਾ ਜੀ, ਭਾਰਤ ਵਿੱਚ ਨਾਗਰਿਕਤਾ ਸੋਧ ਕਾਨੂੰਨ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਕਦੋਂ ਲਾਗੂ ਹੋਇਆ? ਤਾਂ ਇਸਦਾ ਸਹੀ ਆਨਸਰ ਹੈਗਾ ਜੀ ਆਪਸ਼ਨ ਬੀ, ਮਾਰਚ 2024 ਦੇ ਵਿੱਚ। ਅਤੇ 11 ਮਾਰਚ ਨੂੰ ਜੇਕਰ ਤਰੀਕ ਪੁੱਛਿਆ ਜਾਂਦਾ ਤਾਂ 11 ਮਾਰਚ ਹੈ ਜੀ, 11 ਮਾਰਚ 2024। ਅਤੇ ਅਗਲਾ ਸਵਾਲ ਹੈਗਾ ਜੀ, ਅਪ੍ਰੈਲ 2024 ਵਿੱਚ ਭਾਰਤ ਵਿੱਚ ਇੰਟਲ ਦਾ ਪ੍ਰਬੰਧਕ ਮੈਨੇਜਿੰਗ ਡਾਇਰੈਕਟਰ ਕਿਸ ਨੂੰ ਨਿਯੁਕਤ ਕੀਤਾ ਗਿਆ? ਤਾਂ ਇਸਦਾ ਸਹੀ ਆਨਸਰ ਹੈਗਾ ਜੀ ਆਪਸ਼ਨ ਏ, ਸੰਤੋਸ਼ ਵਿਸ਼ਵਨਾਥਨ। ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ। ਅਤੇ ਅਗਲਾ ਸਵਾਲ ਹੈਗਾ ਜੀ, ਭਾਰਤ ਦੇ ਕਿਸ ਰਾਜ ਵਿੱਚ ਦੇਸ਼ ਦਾ ਸਭ ਤੋਂ ਪਹਿਲਾ IIT ਸੈਟੇਲਾਈਟ ਕੈਂਪਸ ਸਥਾਪਿਤ ਕੀਤਾ ਜਾਵੇਗਾ? ਤਾਂ ਇਸਦਾ ਸਹੀ ਆਨਸਰ ਹੈਗਾ ਜੀ ਆਪਸ਼ਨ ਬੀ, ਮੱਧ ਪ੍ਰਦੇਸ਼। ਭਾਰਤ ਦੇ ਕਿਸ ਰਾਜ ਵਿੱਚ ਦੇਸ਼ ਦਾ ਸਭ ਤੋਂ ਪਹਿਲਾਂ IIT ਸੈਟੇਲਾਈਟ ਕੈਂਪਸ ਸਥਾਪਿਤ ਕੀਤਾ ਜਾਵੇਗਾ? ਮੱਧ ਪ੍ਰਦੇਸ਼ ਵਿੱਚ ਕੀਤਾ ਜਾਵੇਗਾ। ਜੇਕਰ ਸ਼ਹਿਰ ਪੁੱਛਿਆ ਜਾਂਦਾ ਤਾਂ ਮੱਧ ਪ੍ਰਦੇਸ਼ ਦੇ ਉਜੈਨ ਦੇ ਵਿੱਚ ਇਹ ਸਥਾਪਿਤ ਕੀਤਾ ਜਾਵੇਗਾ। ਸੋ ਇਹ ਵੀ ਧਿਆਨ ਵਿੱਚ ਰੱਖਿਓ।
ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਅਤੇ ਅਗਲਾ ਸਵਾਲ ਹੈਗਾ ਜੀ 6 ਜਨਵਰੀ 2023 ਨੂੰ ਉੜੀਸਾ ਦੇ ਮੁੱਖ ਮੰਤਰੀ ਨੇ ਡੈਸ਼ ਵਿੱਚ ਭਾਰਤ ਦੇ ਸਭ ਤੋਂ ਵੱਡੇ ਹਾਕੀ ਸਟੇਡੀਅਮ ਦਾ ਉਦਘਾਟਨ ਕੀਤਾ ਤਾਂ ਕਿੱਥੇ ਕੀਤਾ ਸੀ? ਇਸ ਦਾ ਸਹੀ ਆਨਸਰ ਹੈਗਾ ਜੀ ਆਪਸ਼ਨ ਬੀ, ਰੁੜਕੇਲਾ ਦੇ ਵਿੱਚ ਜਿਹੜਾ ਕਿ ਉਦਘਾਟਨ ਕੀਤਾ ਸੀ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਅਤੇ ਅਗਲਾ ਸਵਾਲ ਹੈਗਾ ਜੀ ਮਾਰਚ 2024 ਵਿੱਚ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਮੋਬਾਈਲ ਉਤਪਾਦਕ ਦੇਸ਼ ਕਿਹੜਾ ਹੈ? ਆਪਸ਼ਨ ਏ ਚੀਨ, ਬੀ ਭਾਰਤ, ਸੀ ਰੂਸ, ਡੀ ਸਾਈਬੇਰੀਆ। ਤਾਂ ਇਸਦਾ ਸਹੀ ਆਨਸਰ ਹੈਗਾ ਵਾ ਜੀ ਆਪਸ਼ਨ ਬੀ ਭਾਰਤ। ਮਾਰਚ 2024 ਵਿੱਚ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਮੋਬਾਈਲ ਉਤਪਾਦਕ ਦੇਸ਼ ਕਿਹੜਾ ਹੈ? ਭਾਰਤ। ਅਤੇ ਪਹਿਲਾ ਹੈਗਾ ਵਾ ਜੀ ਚੀਨ, ਇਹ ਪਹਿਲਾ ਹੈ ਅਤੇ ਦੂਸਰਾ ਭਾਰਤ। ਸੋ ਇਹ ਧਿਆਨ ਵਿੱਚ ਰੱਖਿਓ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਅਤੇ ਅਗਲਾ ਸਵਾਲ ਹੈਗਾ ਜੀ ਉੱਤਰ ਭਾਰਤ ਦਾ ਪਹਿਲਾ ਸਰਕਾਰੀ ਹੋਮਿਓਪੈਥਿਕ ਕਾਲਜ ਕਿੱਥੇ ਬਣਾਇਆ ਜਾਵੇਗਾ? ਤਾਂ ਇਹ ਕਿੱਥੇ ਬਣਾਇਆ ਜਾਵੇਗਾ ਜੀ? ਆਪਸ਼ਨ ਸੀ ਇਸਦਾ ਸਹੀ ਆਨਸਰ ਹੈ ਜੀ, ਜੰਮੂ ਅਤੇ ਕਸ਼ਮੀਰ ਦੇ ਵਿੱਚ, ਜੰਮੂ ਕਠੂਆ ਦੇ ਵਿੱਚ ਬਣਾਇਆ ਜਾਵੇਗਾ। ਅਤੇ ਅਗਲਾ ਸਵਾਲ ਹੈਗਾ ਜੀ ਕਿਹੜੀਆਂ ਥਾਵਾਂ 'ਤੇ CMS ਵਾਤਾਵਰਨ ਫਿਲਮ ਫੈਸਟੀਵਲ ਐਂਡ ਫੋਰਮ ਔਨ ਲਾਈਫ ਸਟਾਈਲ ਫਾਰ ਇਨਵਾਇਰਮੈਂਟ ਨੇ ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ ਕਮਿਸ਼ਨ ਦੇ ਸਹਿਯੋਗ ਨਾਲ ਮਾਰਚ 2023 ਵਿੱਚ ਪਹਿਲੀ ਵਾਰ ਗ੍ਰੀਨ ਫਿਲਮ ਫੈਸਟੀਵਲ ਅਤੇ ਫੋਰਮ ਦਾ ਆਯੋਜਨ ਕੀਤਾ ਸੀ ਅਤੇ ਕਿੱਥੇ ਕੀਤਾ ਸੀ? ਗੋਆ ਦੇ ਵਿੱਚ ਕੀਤਾ ਸੀ। ਸੋ ਇਹ ਵੀ ਧਿਆਨ ਵਿੱਚ ਰੱਖਿਓ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਅਤੇ ਅਗਲਾ ਸਵਾਲ ਹੈਗਾ ਜੀ 2023 ਵਿੱਚ ਪੰਜਾਬ ਦੀ ਸਾਖਰਤਾ ਦਰ ਕਿੰਨੀ ਸੀ? ਤਾਂ 2023 ਦੇ ਵਿੱਚ ਪੰਜਾਬ ਦੀ ਸਾਖਰਤਾ ਦਰ ਸੀ 76.7%। ਸੋ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਜੀ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਅਤੇ ਅਗਲਾ ਸਵਾਲ ਹੈਗਾ ਜੀ ਧਰਤੀ ਦੇ ਸਭ ਤੋਂ ਦੂਰ ਪੁਆਇੰਟ ਨਿਮੋ ਤੱਕ ਪਹੁੰਚਣ ਵਾਲਾ ਦੁਨੀਆ ਦਾ ਸਭ ਤੋਂ ਪਹਿਲਾ ਵਿਅਕਤੀ ਕੌਣ ਹੈ? ਧਰਤੀ ਦੇ ਸਭ ਤੋਂ ਦੂਰ ਪੁਆਇੰਟ ਨਿਮੋ ਤੱਕ ਪਹੁੰਚਣ ਵਾਲਾ ਦੁਨੀਆ ਦਾ ਸਭ ਤੋਂ ਪਹਿਲਾ ਵਿਅਕਤੀ ਕੌਣ ਹੈ? ਤਾਂ ਇਸਦਾ ਸਹੀ ਆਨਸਰ ਹੈਗਾ ਜੀ ਆਪਸ਼ਨ ਏ ਕ੍ਰਿਸ ਬ੍ਰਾਊਨ। ਕ੍ਰਿਸ ਬ੍ਰਾਊਨ ਜਿਹੜਾ ਕਿ ਪੁਆਇੰਟ ਨਿਮੋ ਤੱਕ ਪਹੁੰਚਣ ਵਾਲਾ ਦੁਨੀਆ ਦਾ ਸਭ ਤੋਂ ਪਹਿਲਾ ਵਿਅਕਤੀ ਆ ਅਤੇ ਕਦੋਂ ਪਹੁੰਚਿਆ ਸੀ? 20 ਮਾਰਚ 2024 ਦੇ ਵਿੱਚ ਪਹੁੰਚਿਆ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਅਤੇ ਅਗਲਾ ਸਵਾਲ ਹੈਗਾ ਜੀ ਮਾਰਚ 2024 ਵਿੱਚ ਕੇਈ ਪਨਿਓਰ ਕਿਸ ਰਾਜ ਦਾ ਨਵਾਂ ਜ਼ਿਲ੍ਹਾ ਬਣਿਆ? ਤਾਂ ਇਸਦਾ ਸਹੀ ਆਨਸਰ ਹੈਗਾ ਜੀ ਆਪਸ਼ਨ ਬੀ ਅਰੁਣਾਚਲ ਪ੍ਰਦੇਸ਼ ਦਾ। ਮਾਰਚ 2024 ਵਿੱਚ ਕੇਈ ਪਨਿਓਰ ਕਿਸ ਰਾਜ ਦਾ ਨਵਾਂ ਜ਼ਿਲ੍ਹਾ ਬਣਿਆ? ਅਰੁਣਾਚਲ ਪ੍ਰਦੇਸ਼ ਦਾ, ਅਤੇ ਬਣਿਆ ਸੀ ਅਰੁਣਾਚਲ ਪ੍ਰਦੇਸ਼ ਦਾ 26ਵਾਂ ਜ਼ਿਲ੍ਹਾ ਬਣਿਆ ਸੀ ਅਤੇ ਉਸ ਤੋਂ ਬਾਅਦ ਜਿਹੜਾ ਕਿ ਬਿਛੋਮ ਜਿਹੜਾ ਕਿ 27ਵਾਂ ਜ਼ਿਲ੍ਹਾ ਬਣਿਆ ਅਰੁਣਾਚਲ ਪ੍ਰਦੇਸ਼ ਦਾ ਮਾਰਚ 2024 ਦੇ ਵਿੱਚ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਅਤੇ ਅਗਲਾ ਸਵਾਲ ਹੈਗਾ ਜੀ ਅੰਤਰਰਾਸ਼ਟਰੀ ਸਿੱਖਿਆ ਦਿਵਸ 2024 ਕਦੋਂ ਮਨਾਇਆ ਗਿਆ? ਤਾਂ ਇਸਦਾ ਸਹੀ ਆਨਸਰ ਹੈਗਾ ਜੀ ਆਪਸ਼ਨ ਸੀ 24 ਜਨਵਰੀ ਨੂੰ ਮਨਾਇਆ ਗਿਆ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਅਤੇ ਅਗਲਾ ਸਵਾਲ ਹੈਗਾ ਜੀ ਦੇਸ਼ ਦੇ ਪਹਿਲੇ ਰਾਸ਼ਟਰੀ ਮੁਲਾਂਕਣ ਰੈਗੂਲੇਟਰ ਦਾ ਨਾਮ ਕੀ ਹੈ ਜੋ ਕਿ ਨੈਸ਼ਨਲ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ NCERT ਦੁਆਰਾ 2023 ਵਿੱਚ ਵਿਦਿਆਰਥੀਆਂ ਦੇ ਮੁਲਕਾਂ ਲਈ ਪ੍ਰਤੀਮਾਨ ਮਾਪਦੰਡ ਅਤੇ ਦਿਸ਼ਾ ਨਿਰਦੇਸ਼ ਨਿਰਧਾਰਿਤ ਕਰਨ ਲਈ ਸਥਾਪਿਤ ਕੀਤਾ ਗਿਆ? ਤਾਂ ਉਸ ਰੈਗੂਲੇਟਰ ਦਾ ਕੀ ਨਾਮ ਆ? ਪਰਖ, PARAKH ਪਰਖ। ਚਲੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਅਤੇ ਅੱਜ ਦਾ ਅਖੀਰਲਾ ਸਵਾਲ ਹੈਗਾ ਜੀ ਭਾਰਤ ਸਰਕਾਰ ਦੁਆਰਾ ਕਿਸ ਦੇਸ਼ ਨਾਲ ਲੱਗਦੀ ਸੀਮਾ ਉੱਤੇ ਵਾੜ
ਫੈਂਸਿੰਗ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ? ਤਾਂ ਇਸਦਾ ਸਹੀ ਆਨਸਰ ਹੈਗਾ ਜੀ ਆਪਸ਼ਨ ਬੀ ਮਿਆਂਮਾਰ। ਭਾਰਤ ਸਰਕਾਰ ਦੁਆਰਾ ਕਿਸ ਦੇਸ਼ ਨਾਲ ਲੱਗਦੀ ਸੀਮਾ, ਯਾਨੀ ਕਿ ਮਿਆਂਮਾਰ ਦੇਸ਼ ਨਾਲ ਲੱਗਦੀ ਸੀਮਾ ਉੱਤੇ ਵਾੜ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ? ਸੋ ਦੋਸਤੋ, ਇਹ ਸੀ ਆਪਣੇ ਅੱਜ ਦੇ ਜਿਹੜਾ ਕਿ 35 MCQs। ਉਮੀਦ ਹੈ ਕਿ ਵੀਡੀਓ ਤੁਹਾਡੇ ਲਈ ਕਾਫੀ ਹੈਲਪਫੁੱਲ ਹੋਵੇਗੀ। ਸੋ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਾ ਕਰੋ ਆਪਣੇ ਯਾਰਾਂ ਦੋਸਤਾਂ ਦੇ ਨਾਲ। ਚੈਨਲ 'ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਨਾਲ ਦਿੱਤੇ ਬੈਲ ਦੇ ਬਟਨ ਜ਼ਰੂਰ ਪ੍ਰੈਸ ਕਰ ਲਓ, ਤੁਹਾਨੂੰ ਸਾਡੀ ਆਉਣ ਵਾਲੀ ਅਗਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ। ਸੋ ਦੋਸਤੋ, ਜੇਕਰ ਕਿਸੇ ਨੇ PDF ਲੈਣੇ ਆ ਆਫਲਾਈਨ ਸਟੱਡੀ ਕਰਨ ਲਈ ਤਾਂ PDF ਸਾਡੇ ਕੋਲੋਂ ਲੈ ਸਕਦੇ ਹੋ, ਅਤੇ PDF ਪੇਡ ਹੈਗੇ ਨੇ। ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ, PDF ਜਿਹੜੇ ਕਿ ਪੇਡ ਹੁੰਦੇ ਨੇ, ਜਿਨ੍ਹਾਂ ਨੇ ਲੈਣੇ ਹੋਏ ਬਸ ਉਹੀ ਜਿਹੜਾ ਕਿ ਮੈਸੇਜ ਕਰਨਾ। ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ, ਤੁਸੀਂ ਉਸ ਨੰਬਰ 'ਤੇ PDF ਲੈ ਕੇ ਮੈਸੇਜ ਕਰ ਦਿਓ ਤਾਂ PDF ਤੁਹਾਨੂੰ ਮਿਲ ਜਾਣਗੇ। ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ, ਜਲਦ ਮਿਲਾਂਗੇ ਨਵੀਂ ਵੀਡੀਓ ਦੇ ਨਾਲ। ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ।